ਕੈਨੇਡਾ ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਗੱਲ ਕਰਾਂਗੇ। ਅੱਜ 3 ਐਪਲੀਕੇਸ਼ਨ ਅਪਰੂਵ ਹੋਈਆਂ ਨੇ, ਬੜੀਆਂ ਹੀ ਇੰਟਰਸਟਿੰਗ ਪ੍ਰੋਫਾਈਲ ਨੇ। 2 ਐਪਲੀਕੇਸ਼ਨ ਹੈ ਜਿਹੜੀ ਰਜਨੀ ਜੌੜਾ ਐਂਡ ਸਮੀਰ ਜੌੜਾ ਦੀ ਹੈ, ਦਾਦੀ ਐਂਡ ਪੋਤੇ ਦਾ ਕੈਨੇਡਾ ਵਿਜ਼ਟਰ ਵੀਜ਼ਾ ਲੱਗਿਆ। ਉਸ ਤੋਂ ਬਾਅਦ ਦੀ ਐਪਲੀਕੇਸ਼ਨ ਗੁਰਸ਼ਰਨ ਸਿੰਘ ਦੀ ਹੈ, ਜਿਨ੍ਹਾਂ ਦੀ 28 ਸਾਲ ਦੀ ਉਮਰ ਦੇ ਵਿੱਚ ਕੈਨੇਡਾ ਵਿਜ਼ਟਰ ਵੀਜ਼ਾ ਹੈ। ਸ਼ੁਰੂਆਤ ਰਜਨੀ ਜੌੜਾ ਐਂਡ ਸਮੀਰ ਜੌੜਾ ਤੋਂ ਕਰਦੇ ਹਾਂ। ਰਜਨੀ ਜੌੜਾ ਜਿਨ੍ਹਾਂ ਨੇ ਆਪਣੇ ਪੋਤੇ ਸਮੀਰ ਜੌੜਾ, ਜਿਨ੍ਹਾਂ ਦੀ 17 ਸਾਲ ਦੀ ਉਮਰ ਹੈ ਅਤੇ +2 ਕਲਾਸ ਦਾ ਸਟੂਡੈਂਟ ਹੈ, ਨਾਲ ਐਪਲੀਕੇਸ਼ਨ ਸਬਮਿਟ ਕੀਤੀ ਸੀ। ਸਮੀਰ ਜੌੜਾ ਦੇ ਸਿਸਟਰ ਜਿਹੜੇ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਆ, ਅਤੇ 19 ਫਰਵਰੀ 2024 ਨੂੰ ਕਨਵੋਕੇਸ਼ਨ ਸੈਰੇਮਨੀ ਦੇ ਉੱਪਰ ਵੀਜ਼ਾ ਅਪਲਾਈ ਕੀਤਾ ਸੀ। ਅਗਰ ਗੱਲ ਕਰੀਏ, ਟੋਟਲ 7,86,000 ਦੇ ਕਰੀਬ ਫੰਡ ਸੀਗੇ। ਐਪਲੀਕੇਸ਼ਨ 27 ਜਨਵਰੀ ਨੂੰ ਸਬਮਿਟ ਹੋਈ ਸੀਗੀ ਅਤੇ 16 ਦਿਨ ਬਾਅਦ ਇਹਨਾਂ ਦੀ ਐਪਲੀਕੇਸ਼ਨ ਜਿਹੜੀ ਕੈਨੇਡਾ ਵਿਜ਼ਟਰ ਵੀਜ਼ਾ ਦੀ ਅਪਰੂਵ ਹੁੰਦੀ ਹੈ, ਜਿਹਦੇ ਵਿੱਚ ਸਮੀਰ ਜੌੜਾ ਦੀ ਉਮਰ 17 ਸਾਲ ਦੀ। ਉਸ ਤੋਂ ਬਾਅਦ ਦੀ ਐਪਲੀਕੇਸ਼ਨ ਗੱਲ ਕਰੀਏ ਗੁਰਸ਼ਰਨ ਸਿੰਘ ਦੀ ਆ, ਜਿਨ੍ਹਾਂ ਦੀ 28 ਸਾਲ ਦੀ ਉਮਰ ਹੈ ਅਤੇ MA Part 1 ਦੇ ਸਟੂਡੈਂਟ ਨੇ। ਸੋ ਸ਼੍ਰੀ ਗੰਗਾਨਗਰ ਰਾਜਸਥਾਨ ਦੇ ਰਹਿਣ ਵਾਲੇ ਆ, ਸਿਸਟਰ ਇਹਨਾਂ ਦੇ ਕੈਨੇਡਾ PR ਨੇ। ਸੋ ਇਹਨਾਂ ਦੀ ਇਨਕਮ ਸਟੱਡੀ ਕਰਦੇ ਆ, ਨਾਲ ਨਾਲ ਪਲੋਟਰੀ ਫਾਰਮ ਐਂਡ ਐਗਰੀਕਲਚਰ ਲੈਂਡ ਵੀ ਆ, ਜਿਨ੍ਹਾਂ ਤੋਂ ਇਹਨਾਂ ਦੀ ਇਨਕਮ ਆਉਂਦੀ ਆ। ਸੋ ਜਿਹੜਾ ਪਰਪਜ਼ ਆਫ ਵਿਜ਼ਿਟ ਸੀਗਾ ਉਹ ਹੋਮ ਸਿਕਨੈਸ ਸੀਗਾ, ਕੋਈ ਐਗਜੈਕਟ ਰੀਜ਼ਨ ਇਹਨਾਂ ਕੋਲ ਨਹੀਂ ਸੀਗਾ, ਜਸਟ ਸਪੈਂਡ ਸਮ ਟਾਈਮ ਵਿਦ ਸਿਸਟਰ ਦਾ ਇੱਕ ਜਿਹੜਾ ਪਰਪਜ਼ ਆਫ ਵਿਜ਼ਿਟ ਇਹਨਾਂ ਨੇ ਬਣਾਇਆ ਸੀਗਾ। ਲਿਕਡ ਐਸਿਡ ਦੀ ਗੱਲ ਕਰੀਏ ਤਾਂ ਟੋਟਲ 11,88,000 ਦੇ ਕਰੀਬ ਫੰਡ ਸੀਗੇ। ਐਪਲੀਕੇਸ਼ਨ ਸਬਮਿਟ ਜਿਹੜੀ 30 ਦਸੰਬਰ ਨੂੰ ਹੋਈ ਸੀ, ਪ੍ਰੋਸੈਸਿੰਗ ਟਾਈਮ ਥੋੜ੍ਹਾ ਲੱਗਿਆ, 45 ਦਿਨ ਦੇ ਵਿੱਚ ਇਹਨਾਂ ਦਾ ਜਿਹੜਾ ਵੀਜ਼ਾ ਉਹ ਅਪਰੂਵ ਹੋਇਆ। ਸੋ ਵਿਜ਼ਟਰ ਵੀਜ਼ਾ ਕੈਨੇਡਾ ਦੀ ਗੱਲ ਕਰੀਏ, ਬੜੇ ਸੋਹਣੇ ਡਿਸੀਜ਼ਨ ਪ੍ਰੋਫਾਈਲਸ ਦੇ ਆ ਰਹੇ ਆ।